अस्सलाम वालेकुम दोस्तों, की हाल चाल है? ठीक हो? हाँ जी, आज थोड़े वास्ते वीडियो लेके आया एन एच दबंग दी। दोस्तों ये 18 मॉडल लाए ते दो सीजन चापर ते भी लाई खड़ा, एक सीजन दा ना थ्रेशर ते भी चलिया। सीजन एडा वड्डा कोई नहीं हुंदा, बस अपने घर दा भू ही हुंदा जेड़ी 50-60 ट्राली बना ले सीजन च। ते तुहानू ओवरऑल ट्रैक्टर विखाइना, मैं स्टार्ट करके विखाइना मूं, ते मुड़े दे मालकां दा एक छोटा जिहा रिव्यू भी लैंदे आ। जिहड़ा भाई इहनू चलाइंदा उह मेरा अपना कज़न है। तुहानू सारी लुक विखाइना मैं इहदी कीहो जिही कंडीशन है। 18 मॉडल है, की इहदे क्लेम आया भाई होरां तों पुछांगे। आ चापर इहदे पिछे हफ्साबाद जलालपुर भट्टियां दी बनी हुई है, निवास ट्रावेस्टर चापर। माशाल्लाह बड़ा सुक्का ट्रैक्टर है, कोई एड्डी खास लीकेज कोई नहीं। तुहानूं मैं स्टार्ट करके भी चैक करा दिंदा। ਸਲਾਪ ਮਾਰਦੇ ਪਏ ਹਾਂ ਇਹਨੂੰ। ਹਾਂਜੀ ਦੋਸਤੋ, ਤੁਸੀਂ ਆਵਾਜ਼ ਵੀ ਚੈੱਕ ਕਰ ਲਈ, ਟਰੈਕਟਰ ਦੀ ਬੜੀ ਅੱਛੀ ਆਵਾਜ਼ ਵੀ ਹੈ। ਹੁਣ ਇਹਦੇ ਮਾਲਕਾਂ ਦਾ ਰਿਵਿਊ ਲੈਂਦੇ ਹਾਂ ਮੁਕਤਸਰ ਜਾ ਕੇ, ਉਹਨਾਂ ਤੋਂ ਇਹਦੇ ਬਾਰੇ ਪੁੱਛਦੇ ਹਾਂ। ਹਾਂਜੀ ਦੋਸਤੋ, ਆਏ ਦੇ ਟਰੈਕਟਰ ਦੇ ਮਾਲਕ ਖੜੋਤੇ ਨੂੰ ਇਹਨਾਂ ਤੋਂ ਰਿਵਿਊ ਹੁਣ ਲੈਂਦੇ ਹਾਂ। ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਅਸਲਾਮ ਭਾਈ। ਹਾਂਜੀ, ਕੀ ਤੁਹਾਡਾ ਨਾਂ ਹੈ? ਜ਼ਾਮਿਨ ਅਲੀ। ਅਤੇ ਕੀ ਆਪਣੇ ਇਲਾਕੇ ਦਾ ਨਾਂ ਹੈ? ਤਹਿਸੀਲ ਲਾਲੀਆ, ਜ਼ਿਲ੍ਹਾ ਚਨਿਓਟ। ਅੱਛਾ, ਪਿੰਡ ਹੈ ਉੱਥੇ ਅਸੀਂ ਰਹਿੰਦੇ ਹਾਂ। ਅੱਛਾ, ਠੀਕ ਹੋ ਗਿਆ। अच्छा ये दसो कि थोड़ा ट्रैक्टर दबंग की मॉडल है? 18 मॉडल है, 19 का नंबर लगभग। अच्छा, तो जितना मतलब तुसा जदों दा लिया है हुण तक तुसा इसते केड़ा केड़ा काम कीता? इस ते एक से ट्राली नहीं गन्ने वाली पिछे ते पाई, ट्राली पिछू लेंदे रहे। अच्छा, बाकी जिम्मेदार दा काम से टोटल लिया। अच्छा, चापर चलाई है, थ्रेशर चलाई है। अच्छा, आई चापर जड़ी है ते पिछे खड़ी है। अच्छा, ठीक हो गया। अच्छा ये दसो कि हुण ताईं कितना एक क्लेम आया? ਇਹਦਾ ਕੋਈ ਕਲੇਮ ਵੀ ਨਹੀਂ ਆਇਆ, ਇੱਕ ਕਲੇਮ ਇਹਦੀ ਹਾਂਡੀ ਖਰਾਬ ਹੋਈ ਖੜੀ ਆਈ, ਮੈਂ ਵੇਖ ਲਈ ਆਈ ਉਸ ਵੇਲੇ ਸਭ ਹਾਂਡੀ ਬਦਲ ਦਿੱਤੀ ਆਈ, ਟੁੱਟੀ ਨਾ ਅਜੇ ਤੱਕ। ਅੱਛਾ, ਡਾਊਨ ਹੋ ਗਈ ਆਈ। ਅੱਛਾ, ਸਭ 6 ਸਟਾਰੀ ਵਾਲੀ ਹਾਂਡੀ ਪਾ ਦਿੱਤੀ। ਠੀਕ ਹੋ ਗਿਆ। ਉਹ ਵੀ ਕਲੇਮ ਤੋਂ ਬਾਅਦ, ਕਲੇਮ ਵਿੱਚ ਕੋਈ ਨਹੀਂ, ਕੋਈ ਮਸਲਾ ਵੀ ਨਹੀਂ ਆਇਆ। ਮਤਲਬ ਕਲੇਮ ਤੋਂ ਪਿੱਛੇ ਉਹ ਵੀ ਆਇਆ ਹੈ? ਉਸ ਤੋਂ ਬਾਅਦ ਇਹ ਹੋਇਆ ਹੈ, 2 ਸਾਲ ਚੱਲ ਕੇ। ਆ ਲੋਕੀ ਇਹਦੇ ਬਾਰੇ ਕਹਿੰਦੇ ਨਾ ਭਾਈ ਇਹਦੀ ਹਾਂਡੀ ਸ਼ਾਂਡੀ ਤਰੋੜਦਾ ਹੈ ਤੇ ਕਲੇਮ ਬੜੇ ਆਉਂਦੇ ਨੂੰ, ਤੁਹਾਡੇ ਕੋਲ ਤਾਂ ਕੋਈ ਇਹਦਾ ਕਲੇਮ ਨਹੀਂ ਨਾ ਆਇਆ? ਨਹੀਂ, ਸਾਡੇ ਕੋਲ ਕੋਈ ਕਲੇਮ ਹੀ ਨਹੀਂ ਆਇਆ, ਹਾਂਡੀ ਵੀ 2 ਸਾਲ ਤੋਂ ਬਾਅਦ ਇਹਦੀ ਖਤਮ ਹੋਈ ਹੈ, ਅਸਾਂ ਨਵੀਂ ਪਾ ਦਿੱਤੀ। ਬਾਕੀ ਟਰੈਕਟਰ ਦੇ ਵੇਖ ਲਓ, ਕੋਈ ਲੀਕਿੰਗ ਸ਼ੀਕਿੰਗ ਨਹੀਂ ਆਏ। ਹਾਂਜੀ, ਟਰੈਕਟਰ ਤੁਸੀਂ ਵੇਖਦੇ ਪਏ ਹੋ, ਤੁਹਾਨੂੰ ਅੱਗੇ ਵੀ ਚੌਰਸ ਵਿਖਾ ਦਿੱਤਾ। ਅਤੇ ਆ ਭਾਈ ਹੋਰਾਂ ਨੇ ਜ਼ਬਾਨੀ ਸੁਣਿਆ ਨੇ ਕਿ ਟਰੈਕਟਰ ਦਾ ਕੋਈ ਕਲੇਮ ਵਗੈਰਾ ਨਹੀਂ ਆਇਆ, ਲੋਕੀ ਐਵੇਂ ਫਲਾਪ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਟਰੈਕਟਰ ਫਲਾਪ ਹੋਵੇ ਨੂੰ, ਮਿਲਤ ਨੂੰ ਤਰਜੀਹ ਜ਼ਿਆਦਾ ਦਿੰਦੇ ਨੇ। ਇਹਦੇ ਨਾਲ ਮੈਂ ਵੀ ਜ਼ਿਆਦਾ ਚਾਹੁੰਦਾ ਹਾਂ। ਅਤੇ ਅੱਛਾ, ਇੱਕ ਛੋਟੀ ਜਿਹੀ ਗੱਲ ਹੋਰ ਹੈ ਕਿ ਐਵਰੇਜ ਕਿਤਨੀ ਇੱਕ ਦਿੰਦਾ ਹੈ? ਐਵਰੇਜ ਇੰਜਨ ਸਰ ਮਜ਼ੀਦ ਚੈੱਕ ਕੋਈ ਨਹੀਂ ਕੀਤੀ, ਚਾਪਰ ਤੇ ਕੋਈ 5 ਲੀਟਰ ਪੀ ਜਾਂਦਾ ਟਰਾਲੀ 'ਤੇ। ਅੱਛਾ, ਇੱਕ ਟਰਾਲੀ 'ਤੇ, ਠੀਕ ਹੋ ਗਿਆ। ਚਲੋ ਸ਼ੁਕਰੀਆ। ਅੱਛਾ ਦੋਸਤੋ, ਰਿਵਿਊ ਹੁਣ ਤੁਸੀਂ ਸੁਣ ਲਿਆ, ਉਹਨਾਂ ਰਿਵਿਊ ਆਏ ਅਤੇ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਹੈ ਕੋਮੈਂਟ 'ਚ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ। ਇਸ ਤੋਂ ਅਗਲਾ ਰਿਵਿਊ ਅਸੀਂ ਫੋਰਡ 66 ਦਾ ਅਦਾ ਵੀ ਕਰਸਾਂਗੇ। ਅੱਲਾ ਹਾਫਿਜ਼ ਦੋਸਤੋ, ਪਾਕਿਸਤਾਨ ਜ਼ਿੰਦਾਬਾਦ।